ਕਹਿੰਦਾ ਚੌਂਕ ਕਲਾਉਣਾ ਤੇਰੇ ਪਿਓ ਦਾ ਚੌਂਕ, ਬਾ ਜਦੋਂ ਮਰਜ਼ੀ ਆਵਾਂ ਮੈਂ ਦੇਖਦਾ ਟੋਕਦਾ। ਗੱਲਾਂ ਗੱਲਾਂ ਮੇਰਿਆਂ ਨੇ ਗਲਮਾਂ ਪਾੜ ਕੇ ਮੈਨੂੰ ਉੱਧਰ ਲੈ ਗਿਆ ਦੁਕਾਨ। चिट्टा पिंडा नशा करदा साडी दुकान तो समान चक्या गया। दुकान दुकान मैं क्या साडी दुकान ते ना आएगा थोड़ा समान अगे बहुत चक बारो कि चीजा चक्या गया साडी दुकान ते ना आया। कोई लड़ाई झगड़ा नहीं बस मैं क्या माड़ी दुकान से नहीं आना। अच्छा जी। चिट्टा चुट्टा पीना गेड़ा मेरा बंदा होता नहीं होता। अच्छा। कोई फोन नहीं गया। हाँ जी मैंने कोई फोन नहीं गया। मैं मुकदमा नंबर 29/23 की तफ्तीश में बाहर गया था। अच्छा जी। जब मैं थाने आया वहां। अच्छा जी। लड़की भी थाने आ गई है। अच्छा जी। मैं सब्जी हथे कड़ा सब्जी आला मैं सब्जी लाइन हथ कड़ा हथे बंदा एक बजुर्ग हथ कड़ा मेरे को कहंदा की लानी पी मैं सब्जी ओनू आवाज मार कहंदा तेरा तुच्छ जे बंदियां नूं नहीं बुलाई दा हुंदा। बाद च उन्हें गलत लैंग्वेज यूज कीती जिहड़ी मैं नहीं बोलना चाहती। उस तों बाद उन्हें मैं कहा अक्खां ना बोल वी आ गलत गल आ तू चंगी गल नहीं जिद्दां तू बोलना वे। मैं उधर नूं गई आ मेरे ओह बंदा कौन आ गली च रहंदा मुंडा तुहाडा की उहदे नाल दिन गली मल्ले कोई पुरानी रंजिश आ तुहाडी कोई रंजिश नहीं। चिट्टा पींदा नशा करदा ओह साडी दुकान तों अग्गे समान चक्या गया। हुण काहदी दुकान आ तुहाडी साडी सिकरजी दुकान हुण मैं कहा वी साडी दुकान ते ना आएगा थोड़ा समान अग्गे पहुंच चक्के बारो कि चीजा चकिया गया साड़ी दुकान से लाया। बस उदा बस भी मैं इन्नी गल क्यों गई मैं इतने बहना कहना चौंक से कलाना तेरे प्यो का चौंक बस जो मर्जी आवा मैं देखता ढोकदा। गलां गलां मेरे ने गलमा पाड़ के मैं उधर लै गया दुकान। तू जाके अंदर धक्का मारिया दात मारिया पहले LCD दे उस तो बाद मेरा घर वाले धक्का मार के बाहर कढ़िया शटर बंद के तेने शटर से दात मारे 5-7 दिखाओ दिखाओ मन सो लगातार लाइव तस्वीरें तुम जलंधर दे या पार्कों के पत्तियां तो मारे जाने जिथे की सो पार्कों के पत्तियां तस्वीरें ने जिथे के मौके पे पुलिस भी पहुंच चुकी है। सो तुम देख सकते हो मेरे स्क्रीन पे ना किस तरह जी इत डिगी पी है सीधिया तस्वीर देख ही सकते हो किस तरीके ਲਪਰਾ ਕਹਿੰਦਾ 5000 ਰੁਪਇਆ ਦੇ ਕੇ ਪੁਲਿਸ ਮੇਰੀ ਜੇਬ ਮੈਂ 5000 ਦੇ ਕੇ ਆ ਵੀ ਲੈ ਆਉਂਗਾ। ਅੱਛਾ ਜੀ। ਤੂੰ ਕਹਿੰਦਾ ਜਿੱਥੇ ਜਾਣਾ ਜੋ ਮਰਜ਼ੀ ਕਰ ਜਾ ਕੇ ਮੀਡੀਆ ਦੇ ਸਾਹਮਣੇ ਤੁਹਾਡੇ ਨਾਲ ਕੋਈ ਮੈਟਰ ਨਹੀਂ ਸੀ ਉਹਨਾਂ ਦਾ ਪੁਰਾਣਾ ਕੋਈ ਲੜਾਈ ਝਗੜਾ ਕੋਈ ਲੜਾਈ ਝਗੜਾ ਨਹੀਂ ਬਸ ਮੈਨੂੰ ਇਹ ਕਿਹਾ ਮਾੜੀ ਦੁਕਾਨ ਤੇ ਨਹੀਂ ਆਣਾ। ਅੱਛਾ ਜੀ। ਚਿੱਟਾ ਚੁੱਟਾ ਵੀ ਨਾ ਗੇੜਾ ਮੇਰਾ ਬੰਦਾ ਹੁੰਦਾ ਨਹੀਂ ਹੁੰਦਾ। ਅੱਛਾ ਜੀ। ਤੂੰ ਸਾਡੀ ਦੁਕਾਨ ਤੇ ਨਾ ਆਏਗਾ। ਠੀਕ ਹੈ ਬਿਲਕੁਲ ਬਸ ਇਹੀ ਉਹਦੀ ਦਿਮਾਗ ਦੇ ਵਿੱਚ ਗੱਲ ਆਈ ਵੀ ਮੈਨੂੰ ਇੰਨੀ ਗੱਲ ਕਿਉਂ ਗਈ ਉਸ ਦਿਨ ਤੋਂ ਲੈ ਕੇ ਕਦੀ ਟਾਂਜਾ ਕਰਦਾ ਕੋਈ ਮੈਂ ਨਗੇਲੀ ਕਰਤੀ ਦਵਾ ਮਾਰ ਕਲੇਸ਼ ਕਿਉਂ ਨਹੀਂ ਹੁਣ ਜਿਹੜੀ ਪੁਲਿਸ ਆਈ ਆ ਪੁਲਿਸ ਤੁਸੀਂ ਬੁਲਾਈ ਆ ਪੁਲਿਸ ਬੁਲਾਈ ਬੜੀ ਦੇਰ ਬਾਅਦ ਆਈ ਪੁਲਿਸ ਕਿੰਨੀ ਦੇਰ ਬਾਅਦ ਆਈ ਗਈਆਂ ਵੇਰ ਆਈ ਪੁਲਿਸ ਕਿੰਨੇ ਵਾਰੀ 9 ਦੀ ਰਿਪੋਰਟ ਦਿੱਤੀ ਮੈਂ ਕਿਹੜਾ ਥਾਣਾ ਕਾਫੀ ਲੇਟ ਪੁਲਿਸ ਪਹੁੰਚੀ ਮੌਕੇ ਤੇ ਆਦਮੀ ਵੱਲੋਂ ਇੱਕ ਮਿੰਟ ਗੱਲ ਸੁਣੀਓ ਪਹਿਲੇ ਸਵਾਲ ਸੁਣ ਲਓ ਫਿਰ ਜਵਾਬ ਦਿਓ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਅੰਦਰ ਸੀਗੇ ਸ਼ਟਰ ਬੰਦ ਕਰ ਲਿਆ ਗਿਆ ਸੀ ਬੰਦੇ ਵੱਲੋਂ ਬਾਹਰੋਂ ਦਾਤ ਮਾਰੇ ਜਾ ਰਹੀ ਪੁਲਿਸ ਨੂੰ ਫੋਨ ਕੀਤਾ ਗਿਆ ਪਰ ਪੁਲਿਸ ਫੇਰ ਵੀ ਅੱਧਾ ਘੰਟਾ ਪੌਣਾ ਘੰਟਾ ਲੇਟ ਆਈ ਕੀ ਕਾਰਨ ਰਿਹਾ ਤੁਹਾਨੂੰ ਕੋਈ ਫੋਨ ਨਹੀਂ ਗਿਆਗਾ ਹਾਂਜੀ ਮੈਨੂੰ ਕੋਈ ਫੋਨ ਨਹੀਂ ਗਿਆ ਮੈਂ ਮੁਕੱਦਮਾ ਨੰਬਰ 29/23 ਦੀ ਤਫਤੀਸ਼ ਵਿੱਚ ਬਾਹਰ ਗਿਆ ਸੀਗਾ ਅੱਛਾ ਜੀ ਜਦੋਂ ਮੈਂ ਥਾਣੇ ਆਇਆ ਵਾਂ ਅੱਛਾ ਜੀ ਇਹ ਲੜਕੀ ਨੂੰ ਥਾਣੇ ਆ ਕੇ ਮਿਲੀ ਆ ਅੱਛਾ ਜੀ ਇਹਨੇ ਦੱਸਿਆ ਕਿ ਮੇਰੀ ਫੋਟੋ ਦੀ ਐਪਲੀਕੇਸ਼ਨ ਲਈ ਆ ਅੱਛਾ ਜੀ ਤੇ ਇੱਕ ਹੋਰ ਮਾਮਲਾ ਚੱਲ ਰਿਹਾ ਸੀ ਉਹਨਾਂ ਨੂੰ ਸੁਲਝਾ ਕੇ ਤੇ ਇਹਨਾਂ ਦੇ ਇੱਥੇ ਆ ਕੇ ਮੁੱਕ ਗਿਆ ਐਪਲੀਕੇਸ਼ਨ ਲਈ ਦੱਸ ਦਿਓ ਮਾਮਲਾ ਕੀ ਸੀ ਸਾਰਾ ਕੀ ਕੰਪਲੇਂਟ ਕੀਤੀ ਸੀ ਕੁੱਟਮਾਰ ਕਰਨ ਦਾ ਹੀ ਕਹਿੰਦੀ ਵੀ ਬਾਕੀ ਆ ਕੈਮਰਿਆਂ ਦੇ ਵਿੱਚ ਸਾਰਾ ਕੁਝ ਨਿਕਾਲ ਲਿਆ ਜਾਣਾ ਨਹੀਂ ਕੁੱਟਮਾਰ ਹੋਈ ਕਿਉਂ ਕੀ ਕਾਰਨ ਸੀ ਉਹ ਵੀ ਦੱਸ ਦਿਓ ਥੋੜਾ ਕਾਰਨ ਕੋਈ ਦੱਸਿਆ ਨਹੀਂ ਗਿਆ ਐਪਲੀਕੇਸ਼ਨ ਕਿਸੇ ਕੋ ਲਿਖਾਈ ਮੇਰੇ ਕੋ ਨਹੀਂ ਨਹੀਂ ਕਾਰਨ ਨਹੀਂ ਕੋਈ ਅੰਦਰ ਦੱਸਿਆ ਗਿਆ ਮੁੰਸ਼ੀਆਂ ਨੇ ਐਪਲੀਕੇਸ਼ਨ ਲਿਖੀ ਆ ਅੱਛਾ ਜੀ ਸਰ ਵੀ ਮੌਕੇ ਦੇ ਪੁੱਛਿਓ ਕਾਰਨ ਤਾਂ ਦੱਸਿਆ ਹੀ ਹੋਊਗਾ ਮਾੜਾ ਕੰਪਲੇਂਟ ਲਿਖੋ ਕੀ ਹੋਈ ਸੀ ਤੁਹਾਨੂੰ ਮੌਕੇ ਦੇ ਤਫਤੀਸ਼ ਕਰਕੇ ਤੁਹਾਨੂੰ ਮੌਕੇ ਤੋਂ ਵੀ ਕਰਦੀ ਕਿ ਮੇਰੀ ਦੁਕਾਨ ਦੇ ਉੱਤੇ ਆਣ ਕੇ ਮੇਰੀ ਕੁੱਟਮਾਰ ਕੀਤੀ ਆ ਗਾਲੀ ਗਲੋਚ ਕੀਤਾ ਅੱਛਾ ਜੀ ਉਹਨਾਂ ਸਾਰੇ ਪਾਸੇ ਕੈਮਰੇ ਲੱਗੇ ਕੈਮਰਿਆਂ ਨੂੰ ਸਾਰੇ ਖੰਗਾਲ ਕੇ ਕੈਮਰਿਆਂ ਨੂੰ ਰਿਕਾਰਡ ਕਰਾਂਗੇ ਤੇ ਉਹ ਵਿਅਕਤੀ ਮੇਰੀ ਗੱਲ ਸੁਣੋ ਜਿਹੜੀ ਜਿਹੜੇ ਵਿਅਕਤੀ ਦੇ ਲੜਕੀ ਦੇ ਉੱਤੇ ਹਮਲਾ ਕੀਤਾ ਉਹਨੂੰ ਮੌਕੇ ਤੇ ਅਰੈਸਟ ਕਿਉਂ ਨਹੀਂ ਕੀਤਾ ਜਾ ਰਿਹਾ ਉਹ ਹੈ ਨਹੀਂ
अंदर ही नहीं जान दिता।